ਮੇਰੀ ਵੀ 64 ਸਾਲ ਉਮਰ ਹੋ ਗਈ ਅੱਜ ਤੱਕ ਮਹਿੰਗਾਈ ਹੈ ਨਹੀਂ ਕੋਈ ਨਹੀਂ ਵੇਖ ਜਿੰਨੀ ਕੁ ਹੋ ਰਹੀ ਸਵੇਲੇ ਕੁਝ ਰਾਤ ਨੂੰ ਕੁਝ ਸਵੇਲੇ ਕੁਝ ਰਾਤ ਉਹ ਸਵੇਲੇ ਉੱਠਦਾ ਐਂ ਵੇਖਦਾ ਨਾ ਕਹਿੰਦਾ ਵਾਹ ਜੀ ਵਾਹ ਓਏ ਮੇਰੀ ਵਾਮ ਬਹੁਤ ਸੌਖੀ ਹੈ ਹਾਂਜੀ ਮੇਰੀ ਵਾਮ ਖੁਸ਼ਹਾਲ ਇਹ ਨਹੀਂ ਪਤਾ ਕਿ ਸਾਰੇ ਭੁੱਖੇ ਮਰਨ ਦੇ ਜਨਾਬ ਐ ਵੇਖੋ ਨਾ ਮਹਿੰਗਾਈ ਕਿੰਨੀ ਕੁ ਹੋ ਗਈ ਹੈ ਕੀ ਕਰਦਾ ਪਿਆ ਸਾਡੇ ਵਾਸਤੇ ਕੀ ਕਰਨ ਡਿਆ ਜ਼ਲੀਲੋ ਖੁਆਰ ਕਰਦਾ ਪਿਆ ਅਸੀਂ ਤੇ ਕਿੰਨੇ ਆ ਮਰ ਜੇ ਸਾਡੇ ਉਧਰ ਨਹੀਂ ਇਹਦੀ ਵਜ੍ਹਾ ਤੋਂ ਮਹਿੰਗਾਈ ਹੈ ਪਾਊਡਰ ਘੱਟ ਪੀਵੇ ਹਾਂ ਮਹਿੰਗਾਈ ਨਾ ਹੋਵੇ ਇਹਨਾਂ ਦੇ ਦੌਰ ਦੇ ਵਿੱਚ ਜਿੰਨਾ ਕੁ ਜਰਾਇਮ ਹੋ ਰਿਹਾ ਨਾ ਕਿਸੇ ਦੌਰ ਦੇ ਵਿੱਚ ਨਹੀਂ ਇੰਨਾ ਹੋਇਆ ਸ਼ਰਾਬ ਪਾਊਡਰ ਹਰ ਸ਼ੈ ਜਿਹੜੀ ਨੇ ਇਹਨਾਂ ਦੇ ਬੰਦੇ ਵੇਚਣ ਦੇ ਓ ਯਾਰ ਐਡੀਆਂ ਸੋਹਣੀਆਂ ਸਰਕਾਰ ਸ਼ਾਬਾ ਰੋਡ ਵੇਖੋ ਜਾ ਕੇ ਕੀ ਹਾਲ ਹੋਇਆ ਦਾ ਕਸ਼ਮੀਰ ਰੋਡ ਵੇਖੋ ਕੀ ਹਾਲ ਹੋਇਆ ਦਾ ਗੋਦਪੁਰ ਵੇਖੋ ਕੀ ਹਾਲ ਹੋਇਆ ਦਾ ਮਲਕੇ ਕਲਾ ਵੇਖੋ ਕੀ ਹਾਲ ਹੋਇਆ ਦਾ ਜਾ ਕੇ ਦੇਖੋ ਤੇ ਸਹੀ ਇੰਨਾ ਨਾ ਖੋਬਾ ਹੋਇਆ ਦਾ ਵੇਨਾ ਵੀ ਨਹੀਂ ਸਕਦਾ ਬੰਦਾ ਉਥੋਂ ਮੋਟਰਸਾਈਕਲ ਨਹੀਂ ਲੰਘਾ ਸਕਦਾ ਇੰਨਾ ਬਰਬਾਦ ਕਰ ਸਕਦਾ ਸਿਆਲਕੋਟ ਨੂੰ ਕਹਿੰਦੇ ਅਗਲੇ 5 ਸਾਲ ਵੀ ਖਾਨ ਸਾਹਿਬ ਦੇ ਦੱਸ ਕਰੇ ਭਾਵੇਂ ਮਰ ਜਾਣਗੇ ਲੋਕ ਜਿਹੜੇ ਆਨੇ ਆ ਛੋਟੇ ਮੋਟੇ ਚੁੱਕਣਾਗੇ ਜੋ ਪੌੜੀ ਲਾ ਕੇ ਹਾਂਜੀ ਚੁੱਕਿਆ ਜਿਸ ਤਰ੍ਹਾਂ ਜ਼ਲਜ਼ਲਾ ਚੁੱਕਦਾ ਮੁਰਾਦੋਂ ਸੇ ਝੋਲੀਆਂ ਭਰ ਜਾਣਗੀ ਪਸੰਦ ਕੀ ਸ਼ਾਦੀ ਮੁਹੱਬਤ ਮੇਂ ਨਾਕਾਮੀ ਅਤਵਾਜੀ ਮਸਾਇਲ ਤਸਖੀਰ ਮਖਲੂਕਾਤ ਕੇ ਖਾਹਿਸ਼ਮੰਦ ਜਿਹੜਾ ਮਿਨੀ ਬਜਟ ਪੇਸ਼ ਹੋਇਆ ਹੈ ਕੀ ਕਹੋਗੇ ਬਹੁਤ ਜ਼ੁਲਮ ਹੈ ਕਿਵੇਂ ਜ਼ੁਲਮ ਹੈ ਇੰਨਾ ਜ਼ੁਲਮ ਹੋਇਆ ਕਿ ਬਵਾਸ ਦੇ ਖੇਡਦੇ ਹਾਂ ਕਾਰੋਬਾਰ ਕਰਨੇ ਹਾਂ ਸਾਲ ਹੋ ਗਿਆ ਘਰਾਂ 'ਚ ਬੈਠੇ ਨੇ ਕੰਮ ਕਾਰੋਬਾਰ ਕੋਈ ਵੀ ਨਹੀਂ ਇਹਦੀ ਜਾਨ ਨੂੰ ਰੋਣ ਡੇ ਨੇ ਤੁਸੀਂ ਜਾਨ ਨੂੰ ਰੋੜਦੇ ਹੋ ਤਾਂ ਕਹਿੰਦੇ ਨੇ ਤੁਹਾਡੀ ਆਉਣ ਵਾਲੀ ਨਸਲਾਂ ਸੇ ਸੋਚਨੇ ਆ ਪਏ ਉਹ ਜਿਹੜਾ ਆਉਣ ਵਾਲੀ ਨਸਲਾਂ ਇਹ ਸੋਚਦਾ ਨਾ ਪਿਆ ਫਿਰ ਕੁਝ ਵੀ ਨਹੀਂ ਹੋਣਾ ਕਿਉਂ ਨਹੀਂ ਹੋਣਾ ਬਿਲਕੁਲ ਨਹੀਂ ਹੋਣਾ ਕੋਈ ਲੱਭਦੀ ਨਹੀਂ ਪਿਆ ਕੁਛ ਉਹ ਕਹਿੰਦੇ ਲੀਡਰ ਜਿਹੜਾ ਆਉਣ ਵਾਲੀ ਨਸਲਾਂ ਸੇ ਸੋਚਦਾ ਇੱਕ ਇਲੈਕਸ਼ਨ ਆਸੇ ਇਹ ਜਿਹੜੇ ਹੁਣ ਆਉਂਦੇ ਨੇ ਇਨਸ਼ਾਅੱਲਾ ਤਾਲਾ ਉਹ ਸਾਰਾ ਕੁਝ ਸੋਚ ਕੇ ਆਉਂਦੇ ਕਿੰਨੇ ਆਣਾ ਨਵਾਜ਼ ਸ਼ਰੀਫ ਇਨਸ਼ਾਅੱਲਾ ਉਹ ਤਾਂ ਕਹਿੰਦੇ ਨੇ ਹਰ 3 ਮਹੀਨੇ ਬਾਅਦ ਕਹਿੰਦੇ ਨੇ ਆ ਰਿਹਾ ਤੇ ਆਉਂਦਾ ਤੇ ਇਹ ਜਿਹੜਾ ਜੋ ਕੁਝ ਕਹਿ ਰਿਹਾ ਹਰ ਰੋਜ਼ ਸਵੇਲੇ ਉੱਠਣਾ ਤੇ ਨਵੀਂ ਤੋਂ ਨਵੀਂ ਗੱਲ ਹੁੰਦੀ ਹੈ ਠੀਕ ਹੈ ਹਾਂਜੀ ਮੇਰੀ ਵੀ 64 ਸਾਲ ਉਮਰ ਹੋ ਗਈ ਅੱਜ ਤੱਕ ਮਹਿੰਗਾਈ ਹੈ ਨਹੀਂ ਕੋਈ ਨਹੀਂ ਵੇਖੀ ਠੀਕ ਹੈ ਜਿੰਨੀ ਕੁ ਹੋ ਰਹੀ ਹੈ ਸਵੇਲੇ ਕੁਝ ਰਾਤ ਨੂੰ ਕੁਝ ਸਵੇਲੇ ਕੁਝ ਰਾਤ ਨੂੰ ਕੁਝ ਇਸ ਤਰ੍ਹਾਂ ਹੁੰਦਾ ਉਹ ਤਾਂ ਕਹਿੰਦੇ ਸਾਰੀ ਓਵਰਆਲ ਦੁਨੀਆ ਨੇ ਮਹਿੰਗਾਈ ਹੋਈ ਤਾਂ ਵਾਸਤੇ ਪਾਕਿਸਤਾਨ 'ਚ ਬਿਲਕੁਲ ਠੀਕ ਕਹਿ ਰਿਹਾ ਉਹ ਕਿਉਂਕਿ ਉਹਨੂੰ ਪਰਵਾਹ ਹੀ ਕੋਈ ਨਹੀਂ ਉਹ ਸਵੇਲੇ ਉੱਠਦਾ ਵੇਖਦਾ ਨਾ ਕਹਿੰਦਾ ਵਾਹ ਜੀ ਵਾਹ ਓਏ ਮੇਰੀ ਵਾਮ ਬਹੁਤ ਸੌਖੀ ਹੈ ਹਾਂਜੀ ਮੇਰੀ ਵਾਮ ਖੁਸ਼ਹਾਲ ਇਹ ਨਹੀਂ ਪਤਾ ਕਿ ਸਾਰੇ ਭੁੱਖੇ ਮਰਨ ਦੇ ਨੇ ਉਹ ਕਹਿੰਦੇ ਨੇ ਹਈਏ ਵੀ ਪਾਕਿਸਤਾਨ ਸਭ ਤੋਂ ਸਸਤਾ ਹੈ ਮੈਂ ਕਹਿੰਦਾ ਅੱਲਾ ਦਾ ਬੇੜਾ ਕਰ ਕਰੇ ਤਾਂ ਸਲਾਮ ਅਲੈਕੁਮ ਇਮਰਾਨ ਖਾਨ ਦਾ ਹਾਂ ਤੇ ਹੋਰ ਕਿਹਦਾ ਆਖਰੀ ਉਮੀਦ ਹੈ ਪਾਕਿਸਤਾਨ ਦੀ ਆਂਦੇ ਖਾਨ ਸਾਹਿਬ ਖਾਨ ਸਾਹਿਬ ਮਰ ਗਏ ਸਾਡੇ ਵੱਲੋਂ ਜਨਾਬ ਐ ਵੇਖੋ ਨਾ ਮਹਿੰਗਾਈ ਕਿੰਨੀ ਕੁ ਹੋ ਗਈ ਹੈ ਕੀ ਕਰਦਾ ਪਿਆ ਸਾਡੇ ਵਾਸਤੇ ਕੀ ਕਰਨ ਡਿਆ ਜ਼ਲੀਲੋ ਖੁਆਰ ਕਰਦਾ ਪਿਆ ਅਸੀਂ ਤੇ ਕਿੰਨੇ ਆ ਮਰ ਜੇ ਸਾਡੇ ਵੱਲੋਂ ਉਹ ਤਾਂ ਕਹਿੰਦੇ ਨੇ ਕਿ ਓਵਰਆਲ ਮਹਿੰਗਾਈ ਹੋ ਤਾਂ ਵਾਸਤੇ ਪਾਕਿਸਤਾਨ ਉਧਰ ਨਹੀਂ ਇਹਦੀ ਵਜ੍ਹਾ ਤੋਂ ਮਹਿੰਗਾਈ ਹੈ ਪਾਊਡਰ ਘੱਟ ਪੀਵੇ ਹਾਂ ਤੇ ਮਹਿੰਗਾਈ ਨਾ ਹੋਵੇ ਖਾਨ ਸਾਹਿਬ ਪੀਂਦੇ ਨੇ ਹੋਰ ਕੀ ਕਰਦੇ ਨੇ ਫੇ ਪਾਊਡਰ ਪੀਣ ਡੇ ਨੇ ਆਂਦੇ ਨੇ ਬਾਹਰ ਲੀਡਰ ਆਇਆ ਜਿਹਨੂੰ ਇਸ ਕੌਮ ਦਾ ਅਹਿਸਾਸ ਉਹਨੂੰ ਕਹਦਾ ਉਹ ਵੀ ਪੀਂਦੇ ਨੇ ਹਾਂ ਕੀ ਹੋਇਆ ਜੀ ਮੈਂ ਪਹਿਲਾਂ ਇੱਥੇ ਜਿਹੜੇ ਸਿਆਲਕੋਟ ਥੱਲੇ ਦੀ ਕਹਿ ਦੇ ਤੇ ਉਹ ਵੀ ਸਾਰੇ ਪੀਂਦੇ ਨੇ ਇਹ ਗੱਲਾਂ ਨਹੀਂ ਜਿਹਨੇ ਤਰੱਕੀਆਤ ਹੀ ਕੰਮ ਸਿਆਲਕੋਟ ਚ ਹੀ ਕਰਾ ਰਹੇ ਅੱਜ ਤੱਕ ਨਹੀਂ ਨੂਨ ਲੀਗ ਜਨਾਬ ਜਿਹੜੇ ਤਰੱਕੀਆਤ ਹਣ ਉਹ ਇਹਨੇ ਪਟਾ ਖੜੇ ਨੇ ਜਿੰਨੇ ਤਰੱਕੀਆਤ ਅੱਗੇ ਨੂਨ ਲੀਗ ਦੇ ਦੌਰ ਚ ਹੋਏ ਹਣ ਸਾਰੇ ਨੇ ਪਟਾ ਕੇ ਬਾਹਰ ਦਾ ਛੜੇ ਨੇ ਹੁਣ ਇਹਦੀ ਹਕੂਮਤ ਦੇ ਵਿੱਚ ਜਿੰਨਾ ਕੁ ਜਰਾਇਮ ਹੋਣ ਡਿਆ ਨਾ ਇਹਦੀ ਹਕੂਮਤ 3 ਅਰਬ ਦੇ ਮਨਸੂਬੇ ਸਿਆਲਕੋਟ ਚ ਕਹਿੰਦੇ ਸ਼ੁਰੂ ਕੀਤੇ ਹੋਏ ਜਨਾਬ ਤੁਸੀਂ ਵੀ ਇੱਥੇ ਹੀ ਫਿਰਦੇ ਹੋ ਜਿੱਦਾਂ ਲਾਏਗਾ ਸਾਨੂੰ ਦੱਸਿਓ ਅਸੀਂ ਵੀ ਇੱਥੋਂ ਦੇ ਹੀ ਵਾਸੀ ਹਾਂ ਤੇ ਨਹੀਂ ਅੱਛਾ ਇਹ ਦਾਵਾ ਬੜਾ ਕਰਦੇ ਨੇ ਦਾਰ ਬਰਾਦਰਾਂ ਕੇ ਖਾਜੇ ਆਸਫ ਦੀ ਸਿਆਸਤ ਖਤਮ ਕਰ ਦੇਣੀ ਨਹੀਂ ਨਹੀਂ ਝੂਠ ਹੈ ਦਾਰਾਂ ਦੀ ਆਪਣੀ ਸਿਆਸਤ ਖਤਮ ਹੋ ਗਈ ਹੈ ਦਾਰਾਂ ਦੀ ਆਪਣੀ ਸਿਆਸਤ ਖਤਮ ਹੋ ਗਈ ਹੈ ਸਿਆਲਕੋਟ ਜਿਹੜੇ ਖਤਮ ਹੋ ਸਕਦੇ ਦਾਰਾਂ ਦੀ ਆਪਣੀ ਸਿਆਸਤ ਖਤਮ ਹੋ ਗਈ ਹੈ ਉਹ ਕੀ ਕਰਦੇ ਨੇ ਫੇ ਇੱਕ ਸ਼ਹਿਰ ਸਿਆਲਕੋਟ ਜਿਹੜਾ ਨਾ ਕਿਲਾ ਨੂੰ ਹੁੰਦਾ ਇੱਥੋਂ ਆ ਚੌਂਦੀ ਦੇ ਕਹਿ ਰਿਹਾ ਅਸੀਂ ਬਾਦ ਚਰਿੰਡੀ ਯੂਨੀਅਨ ਕੌਂਸਲ ਦੇ ਜਿੱਥੋਂ ਅੱਜ ਤੱਕ ਨੂਨ ਨਹੀਂ ਹਰੀ ਆ ਹੁਣ ਵੀ ਸੁਭਾਣੀ ਦੇ ਇਲੈਕਸ਼ਨ ਦੇ ਵਿੱਚ ਸਾਡੇ ਪਿੰਡੋਂ ਜਿੱਤੇ ਸਾਡੇ ਯੂਨੀਅਨ ਕੌਂਸਲ ਜਿੱਤੀ ਹੈ ਨੂਨ 3 ਹੀ ਪਿੰਡ ਨੇ ਜ਼ਿੰਦਗੀ ਨੂੰ ਨਹੀਂ ਹਰੀ ਕਦੀ ਸਰ ਗੱਲ ਐ ਵੇ ਕਿ ਹਰ ਪਿੰਡ ਦੇ ਵਿੱਚ ਜੀ ਨੇ ਅਸੀਂ ਆਪਣੇ ਪਿੰਡ ਦੀ ਗੱਲ ਕਰਨੇ ਚਰਿੰਡ ਯੂਨੀਅਨ ਕੌਂਸਲ ਦੀ ਸਾਨੂੰ ਹਰ ਬੰਦਾ ਜਾਣਦਾ ਪੈਸੇ ਦੀ ਗੇਮ ਐ ਪੈਸਾ ਲਾ ਕੇ ਜਿੱਤੇ ਨੇ ਤੁਸੀਂ ਪੈਸੇ ਲਾ ਲਓ ਤੁਸੀਂ ਤੇ ਜਾਓਗੇ ਕਿਹੜੀ ਗੱਲ ਕਰਦੇ ਇੱਥੋਂ ਨਹੀਂ ਕਦੇ ਸ਼ੇਰ ਹਟਦਾ ਐ ਪੈਸਾ ਲੱਗਿਆ ਵੇ ਹਰ ਪਾਸਿਓ ਤੇ ਸ਼ੇਰ ਥੱਲੇ ਆਇਆ ਇੱਕ ਵਾਰੀ ਫੇਰ ਦਾਰਾਂ ਦੀ ਅੱਜ ਆਸਫ ਦੀ ਸਿਆਸਤ ਕੀ ਖਤਮ ਹੋਣੀ ਐ ਸਿਆਲਕੋਟ ਹਾਲ ਨਹੀਂ ਵੇਖਦੇ ਪਏ ਕੀ ਬਰਬਾਦ ਕਰ ਸੜਿਆ ਨਾ ਸਿਆਲਕੋਟ ਨੂੰ ਲਾਣਾ ਤਾਂ ਹੋਈ ਕਨੈਕਸ਼ਨ ਦੇ ਹੋਏ ਅੱਲਾ ਬਰਬਾਦ ਕਰ ਸੜਿਆ ਬੰਦਾ ਲੰਘ ਨਹੀਂ ਸਕਦਾ ਪੂਰਾ ਸ਼ਹਿਰ ਹੀ ਬਰਬਾਦ ਕਰ ਸੜਿਆ ਪੂਰਾ ਸ਼ਹਿਰ ਹੀ ਬਰਬਾਦ ਕਰ ਸੜਿਆ ਮੈਂ ਕਹਿੰਦਾ ਜਾ ਕੇ ਵੇਖੋ ਤੇ ਸਹੀ ਪਹਿਲੀ ਵਾਰੀ ਸਿਆਲਕੋਟ 72 ਸਾਲ ਬਾਅਦ ਅਸੀਂ ਕੰਮ ਕਰ ਓ ਯਾਰ ਐਡੀਆਂ ਸੋਹਣੀਆਂ ਸਰਕਾਰ ਸ਼ਾਬਾ ਰੋਡ ਵੇਖੋ ਜਾ ਕੇ ਕੀ ਹਾਲ ਹੋਇਆ ਦਾ ਕਸ਼ਮੀਰ ਰੋਡ ਵੇਖੋ ਕੀ ਹਾਲ ਹੋਇਆ ਦਾ ਗੋਦਪੁਰ ਵੇਖੋ ਕੀ ਹਾਲ ਹੋਇਆ ਦਾ ਮਲਕੇ ਕਲਾਂ ਵੇਖੋ ਕੀ ਹਾਲ ਹੋਇਆ ਦਾ ਜਾ ਕੇ ਦੇਖੋ ਤੇ ਸਹੀ ਇੰਨਾ ਨਾ ਖੋਬਾ ਹੋਇਆ ਦਾ ਵੇ ਲੰਘ ਨਹੀਂ ਸਕਦਾ ਬੰਦਾ ਉੱਥੋਂ ਮੋਟਰਸਾਈਕਲ ਨਹੀਂ ਲੰਘਾ ਸਕਦਾ
ਇਹਨਾਂ ਬਰਬਾਦ ਕਰ ਛੜਿਆ ਸਿਆਲਕੋਟ ਨੂੰ ਇਹ ਜਿਹੜੇ ਫਾਜ਼ ਚੌਧਰੀ ਨੇ ਬਿਆਨ ਦਿੱਤਾ ਕਿਨੇ ਕਿ ਸ਼ੇਖ ਰਸ਼ੀਦ ਨੇ ਕਿ ਨੂਨ ਲੀਗ ਦੀ ਸਿਆਸਤ ਖਤਮ ਹੋ ਰਹੀ ਹੈ ਹੋ ਹੀ ਨਹੀਂ ਸਕਦਾ 23 ਦੇ ਅੰਦਰ ਨੂਨ ਖਤਮ ਹੋ ਹੀ ਨਹੀਂ ਸਕਦਾ ਇਹ ਹੋ ਹੀ ਨਹੀਂ ਸਕਦਾ ਸਿਆਸਤ ਖਤਮ ਹੋਏ ਨੂਨ ਲੀਗ ਦੀ ਨਹੀਂ ਹੋ ਸਕਦਾ ਉਹ ਆਏਗਾ ਇਨਸ਼ਾਅੱਲਾ ਆਏਗਾ ਆਏਗਾ ਇਨਸ਼ਾਅੱਲਾ ਆਏਗਾ ਅੱਲਾ ਦੇ ਹੁਕਮ ਨਾਲ ਮੀਆਂ ਨਵਾਜ਼ ਸ਼ਰੀਫ ਪਾਕਿਸਤਾਨ ਬਹੁਤ ਜਲਦੀ ਆ ਰਿਹਾ ਹੈ ਇਹਨਾਂ ਦੀ ਸਿਆਸਤ ਸਾਰੀ ਜ਼ਿੰਦਗੀ ਲਈ ਖਤਮ ਹੋ ਰਹੀ ਹੈ ਨਾ ਸਮਾਨ ਡਾਰ ਦੀ ਸਿਆਸਤ ਹੋਣੀ ਹੈ ਨਾ ਉਹਨੇ ਜਿੱਤਣਾ ਵੇ ਜ਼ਲੀਲੋ ਖੁਆਰ ਹੋਣਾ ਹੂੰ ਹਾਜੀ ਆਸਫ ਦੇ ਮੁਕਾਬਲੇ ਤੇ ਇਹਨਾਂ ਦੇ ਦੌਰ ਦੇ ਵਿੱਚ ਜਿੰਨਾ ਕੁ ਜਰਾਇਮ ਹੋ ਰਿਹਾ ਨਾ ਕਿਸੇ ਦੌਰ ਦੇ ਵਿੱਚ ਨਹੀਂ ਇੰਨਾ ਹੋਇਆ ਸ਼ਰਾਬ ਪਾਊਡਰ ਹਰ ਸ਼ੈ ਜਿਹੜੀ ਨੇ ਇਹਨਾਂ ਦੇ ਬੰਦੇ ਵੇਚਣ ਡੇ ਨੇ ਸਰੇਆਮ ਵਿਕਦੀ ਹੈ ਬਈ ਕਿੱਥੇ ਨੇ ਕੋਈ ਫੜਦਾ ਹੀ ਕੋਈ ਨਹੀਂ ਪਿਆ ਇਧਰੋਂ ਬੰਦਾ ਫੜਿਆ ਜਾਂਦਾ ਵੇ ਉਧਰੋਂ ਛੁੱਟ ਕੇ ਆ ਜਾਂਦਾ ਉਧਰੋਂ ਫੜਿਆ ਜਾਂਦਾ ਉਧਰੋਂ ਛੁੱਟ ਕੇ ਆ ਜਾਂਦਾ ਸ਼ੌਹਰ ਜਿਹੜਾ ਉਹ ਡਾਰ ਬਰਾਦਰਨ ਕਰਦੇ ਕੀ ਨੇ ਬਈ ਇਹਨਾਂ ਨੂੰ ਕੌਣ ਜਾਣਦਾ ਪੈਸੇ ਦੀ ਸਿਆਸਤ ਕਰਦੇ ਨੇ ਬਈ ਪੈਸੇ ਵੰਡਦੇ ਨੇ ਬਈ ਪੈਸੇ ਵੰਡਦੇ ਨੇ ਬਈ ਕੀ ਕਰਦੇ ਨੇ ਮੈਂ 2000 ਰੁਪਈਆ ਜਿਹੜਾ ਉਹਨਾਂ ਲੋਕਾਂ ਦੇ ਘਰਾਂ 'ਚ ਜਾ ਕੇ ਦਿੰਦੇ ਨੇ ਸਾਨੂੰ ਵੋਟ ਦਵੋ ਲੋਕ ਵੇਅਰ ਵੀ ਨਹੀਂ ਦਿੱਤੇ ਇਹਨਾਂ ਲੋਕਾਂ ਦੀਆਂ ਗੱਡੀਆਂ ਫ੍ਰੀ ਵੰਡੀਆਂ ਨੇ ਟੈਂਕੀਆਂ ਲੋਕਾਂ ਨੂੰ ਪੈਟਰੋਲ ਪਵਾ ਕੇ ਦਿੱਤਾ ਕੀ ਇਹਨਾਂ ਨੂੰ ਲੋਕੀ ਕਿਉਂ ਨਹੀਂ ਦਿੰਦੇ ਪਏ ਵੋਟ ਚੋਰ ਨੇ ਜਰਾਇਮ ਪੇਸ਼ਾ ਇਹ ਖਾਜਾ ਮੁਹੰਮਦ ਆਸਫ ਜਿਹੜਾ ਨਾ ਕਿਉਂ ਨਹੀਂ ਜਰਾਇਮ ਪੇਸ਼ਾ ਬੰਦਿਆਂ ਦੇ ਮਗਰ ਜਾਂਦਾ ਕਦੀ ਉਹਨਾਂ ਨੂੰ ਵੇਖਿਆ ਜੇ ਉਹ ਜਾਂਦੇ ਨੇ ਇੱਧਰੋਂ ਪਾਊਡਰ ਫੜਿਆ ਜਾਂਦਾ ਮਗਰ ਜਾਂਦੇ ਨੇ ਹਰ ਕੰਮ ਵਾਸਤੇ ਮਗਰ ਜਾਂਦੇ ਸ਼ਰਾਬ ਕੋ ਵੇਚਣ ਡਿਆ ਇਹਨਾਂ ਦੇ ਦੌਰ ਦੇ ਵਿੱਚ ਸਰੇਆਮ ਸ਼ਰਾਬ ਵਿਕਦੀ ਹੈ ਬਈ ਪਾਊਡਰ ਵਿਕਦਾ ਪਿਆ ਇਹ ਮਗਰ ਜਾ ਕੇ ਛੁਡਵਾ ਕੇ ਲਿਆਉਂਦੇ ਨੇ ਪਏ ਪੈਸੇ ਲੈਂਦੇ ਨੇ ਜੇ ਇਹਨਾਂ ਕੋਲ ਨੌਕਰੀ ਕੋ ਲੈਣ ਟੁਰ ਜੇ ਜਾਂਦੇ ਨੇ 2 ਲੱਖ ਰੁਪਏ ਪਹਿਲਾਂ ਟੇਬਲ ਤੇ ਧਰੋ ਫਿਰ ਨੌਕਰੀ ਲੱਭਣੀ ਹੈ ਉਹ ਤੇ ਕਹਿੰਦੇ ਨੇ ਕਿ ਪਹਿਲੀ ਦਫਾ ਜਿਹੜਾ ਪਹਿਲੀ ਦਫਾ ਜਨਾਬ ਮੇਰੀ ਗੱਲ ਸੁਣੇ ਇਹਨਾਂ ਕੋ ਅੱਜ ਤੱਕ ਸ਼ਾਬਾ ਵਾਲਾ ਪੁੱਲ ਨਹੀਂ ਬਣ ਸਕਿਆ ਇਹ ਕੀ ਕਰਦੇ ਨੇ ਪਹਿਲੇ ਲੋਕੀ ਜ਼ਲੀਲੋ ਖੁਆਰ ਹੋਣ ਡੇ ਨੇ ਜਾ ਕੇ ਵੇਖੋ ਤਾਂ ਸਹੀ ਉੱਥੇ ਆ ਜਾਂਦਾ ਜਿਹੜਾ ਨਾ ਆਵਾਮ ਦੇ ਵਿੱਚ ਜਿਹੜਾ ਨਾ ਚੋੜਾ ਹੋ ਕੇ ਤੇ ਬੜਾ ਕੰਮ ਕਰਵਾਉਣ ਡਿਆ ਕਰਵਾਉਂਦਾ ਕੀ ਹੈ ਸਾਨੂੰ ਦੱਸੇ ਨਾ ਕੀ ਕਰਵਾਉਣ ਡਿਆ ਸਾਰੇ ਸ਼ਹਿਰ 'ਚ ਕੰਮ ਸ਼ੁਰੂ ਕੀਤਾ ਕਿਹੜੇ ਸਾਰੇ ਸ਼ਹਿਰ ਦੇ ਵਿੱਚ ਸ਼ਾਬਾਂ ਫਾੜਕ ਦੇ ਜਨਾਬ ਲੰਘ ਕੇ ਵੇਖੋ ਉੱਥੋਂ ਬੰਦੇ ਨੂੰ ਬੁੱਢੀਆਂ ਬੰਦੇ ਜਿਹੜੇ ਨਾ ਜ਼ਲੀਲੋ ਖੁਆਰ ਹੁੰਦੇ ਨੇ ਲੰਘਣ ਨੂੰ ਜਗ੍ਹਾ ਨਹੀਂ ਹੈ ਸਰਦਾਰ ਤੇ ਕਹਿੰਦਾ ਹੈ ਕਿ ਸਾਰਿਆਂ ਨੂੰ ਇੱਕ ਕਦਮਾਂ ਦੇ ਭਾਰ ਪਾਓ ਖਾਨ ਸਾਹਿਬ ਤੁਹਾਡੀ ਤਕਦੀਰਾਂ ਬਦਲ ਦੇ ਉਹਨਾਂ ਸਾਰੀ ਜ਼ਿੰਦਗੀ ਵਾਸਤੇ ਨਹੀਂ ਆਉਣਾ ਜੋ ਮਰਜ਼ੀ ਹੋਈਏ ਜੋ ਮਰਜ਼ੀ ਹੋਈਏ ਐ ਨਹੀਂ ਜੇ ਸਕਦੇ ਸਿਆਲਕੋਟ ਦੇ ਵਿੱਚ ਅੱਲਾ ਪਾਕ ਦੇ ਹੁਕਮ ਨਾਲ ਐ ਨਹੀਂ ਜੇ ਸਕਦੇ ਪੀਪੀ 38 ਦਾ ਇਲੈਕਸ਼ਨ ਇੰਨੀ ਕੁ ਧਾਂਦਲੀ ਦੇ ਨਾਲ ਜਿਹੜਾ ਨਾ ਜਿੱਤੇ ਨੇ ਨਾ ਕੋਈ ਜਿੱਤੇ ਨਹੀਂ ਹੈ ਕੋਈ ਵੀ ਸਭ ਝੂਠ ਫਰਾਡ ਹੈ ਵਰੀਓ ਖਾਨਦਾਨ ਨੂੰ ਸਿਆਲਕੋਟ ਦੇ ਵਿੱਚ ਕੋਈ ਨਹੀਂ ਹਰਾ ਸਕਦਾ ਇਮਰਾਨ ਖਾਨ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਲੀਡਰ ਹੈ ਉਹ ਉਹਨਾਂ ਵਾਲੀਆਂ ਨਸਲਾਂ ਵਾਸਤੇ ਸੋਚਦਾ ਅਤੇ ਮੈਂ ਤੁਹਾਡੀਆਂ ਉਹਨਾਂ ਵਾਲੀਆਂ ਨਸਲਾਂ ਵਾਸਤੇ ਸੋਚਦਾ ਕੀ ਕਹੋਗੇ ਸਹੀ ਕਹਿ ਰਹੇ ਅਸੀਂ ਬਾਬੂ ਜੀ ਕੀ ਸੋਚਣਾ ਵੇ ਮਜ਼ਦੂਰੀ ਕੋਈ ਹੈ ਨਹੀਂ ਵਿਹਲੇ ਬੇਕਾਰ ਬੈਠੇ ਨੇ ਨਮਾਜ਼ ਪੜ੍ਹੀ ਰੋਟੀ ਖਾਧੀ ਅੱਲਾ ਅੱਲਾ ਬਸ ਉਹ ਤਾਂ ਕਹਿੰਦੇ ਮਜ਼ਦੂਰੀ 3 ਗੁਣਾ ਵੱਧ ਗਈ ਕਿੱਥੇ ਵੱਧ ਗਈ ਹੈ ਸਾਡੀ ਤਾਂ ਸਮਝ ਹੀ ਨਹੀਂ ਆਈ ਕਿਉਂ ਆਏ ਜੇ ਕੋਈ ਸਮਝ ਸਾਡੀ ਸਮਝ 'ਚ ਕੋਈ ਨਹੀਂ ਮਜ਼ਦੂਰੀ ਵਧੀ ਨਹੀਂ ਹੈ ਉੱਕਾ ਕੰਮ ਕੋਈ ਨਹੀਂ ਬਾਬੂ ਜੀ ਮੈਂ 30-35 ਹਜ਼ਾਰ ਦਾ ਕੰਮ ਮਹੀਨੇ ਦਾ ਕਰਨਾ ਹਾਂ ਮੈਨੂੰ 2 ਸਾਲ ਹੋਇਆ ਕੰਮ ਕੀਤੇ ਹਾਂ ਠੀਕ ਹੈ ਹਾਲਾਤ ਹੀ ਇਹਦੇ ਨੇ ਕਦੀ ਕਲੋਨਾ ਅਤੇ ਕਦੀ ਤਰਕੋਨਾ ਖੇਡ ਵਿਚਾਰ ਠੀਕ ਹੈ ਕਿਹੜੇ ਦੌਰ 'ਚ ਨਹੀਂ ਬੰਦੇ ਮਰੇ ਤੁਸੀਂ ਦੱਸੋ ਜੀ ਜੀ ਬਿਲਕੁਲ ਮਰਦੇ ਨੇ ਨਾ ਬਿਲਕੁਲ ਆ ਜਿਹੜਾ ਮਰ ਗਿਆ ਕਲੋਨਾ ਹੋ ਗਿਆ ਕੈਸਾ ਖੇਡ ਰਚਾਇਆ ਦਾ ਇਹਨਾਂ ਨੇ ਉਹ ਹੀ ਫਿਲਮਾਂ ਪਹੁੰਚੋਗੇ ਟੀਵੀ 'ਚ ਵਿਖਾਏ ਜਾਂਦੇ ਨੇ ਫਿਲਮਾਂ ਅਸੀਂ ਨਹੀਂ ਇਹ ਮੰਨਦੇ ਅੱਛਾ ਕਰੋਨਾ ਆਈ ਨਹੀਂ ਅੱਲਾ ਸਵਾ ਕੋਈ ਪੱਤਾ ਨਹੀਂ ਲਾ ਸਕਦਾ ਕੋਈ ਕਲੋਨਾ ਨਹੀਂ ਸਭ ਇੱਕ ਬਾਬਾ ਹੈ ਉਹ ਤੇ ਵੈਸੇ ਦੀਦੀ ਆਈ ਹੈ ਵਾਰ ਲੰਘ ਜਾਂਦੀ ਹੈ ਮੌਲਵੀ ਸਾਹਿਬ ਤੁਰ ਜਾਂਦੀ ਹੈ ਕੀ ਖਿਆਲ ਹੈ ਠੀਕ ਹੈ ਅੱਲਾ ਤੇ ਜਿਹਨੂੰ ਤਵੱਕੋ ਨਹੀਂ ਨਾ ਉਹਨੂੰ ਕਿਸੇ ਤੇ ਵੀ ਨਹੀਂ ਤਵੱਕੋ ਤੇ ਖਾਨ ਸਾਹਿਬ ਦੀ ਹਕੂਮਤ ਕਿਸ ਜਾ ਰਹੀ ਹੈ ਸਭ ਠੀਕ ਨੇ ਆਪਣੇ ਆਪਣੇ ਮੌਜੇ ਲੁੱਟਣ ਅੱਗੇ ਆਪੇ ਅੱਲਾ ਪੁੱਛੇਗਾ ਜਿਹੜਾ ਜਿਹੜਾ ਪਿਆ ਕਰਦਾ ਵੇ ਸੈੱਟ ਹੋ ਜਾਏਗਾ ਉਹ ਤਾਂ ਕਹਿੰਦੇ ਨੇ ਮੇਰਾ ਅੱਲਾ ਜਾਣਦਾ ਮੈਂ ਜੋ ਕਰ ਰਿਹਾ ਸਵਾਮ ਸੋਹਣਾ ਪਿਆ ਕਰਦਾ ਮਾਂ ਵੀ ਐਸੇ ਲਾਇਕ ਸੀ ਹਾਂ ਛੱਡਾਂ ਐ ਲੋਕਾਂ ਨੂੰ ਬਕਾਰ ਕਰ ਛੜਿਆ ਸਹੀ ਪਾਉਂਦਾ ਇਹਨਾਂ ਨੂੰ ਪਿਆ ਮੈਂ ਕਿਸੇ ਪਾਰਟੀ ਚ ਨੀ ਕਦੀ ਤਲਕ ਰੱਖਿਆ ਅਵੇ ਲੋ ਕੋਲ ਹੋਇਆ ਮੈਨੂੰ ਪਤਾ ਹੀ ਨੀ ਮੈਂ ਨਮਾਜ਼ ਪੜ੍ਹਨਾ ਪਿਆ ਆਏ ਆ ਖੇਲ ਮੁੱਕ ਗਿਆ ਖਤਮ ਕੰਮ ਕਿਉਂਕਿ ਕਿਸੇ ਨੇ ਕੁਝ ਦੇਣਾ ਦੱਸ ਕਰੇ ਭਾਵੇਂ ਮਰ ਜਾਣਗੇ ਲੋਕ ਜਿਹੜੇ ਆਨੇ ਆ ਛੋਟੇ ਮੋਟੇ ਚੁੱਕਣਾ ਕੇ ਪੌੜੀ ਲਾ ਕੇ ਇੰਜ ਚੁੱਕਿਆ ਜਿਸ ਤਰ੍ਹਾਂ ਜ਼ਲਜ਼ਲਾ ਚੁੱਕਦਾ ਵਾਲੇਕੁਮ ਸਲਾਮ ਆਪ ਨੌਜਵਾਨ ਹੈ ਖਾਨ ਸਾਹਿਬ ਜੋ ਨੌਜਵਾਨੋਂ ਕੇ ਲਈ ਪੋਲਿਸੀਜ਼ ਬਣਾ ਰਹੇ ਕਿਆ ਕਹੇ ਕੋਈ ਪੋਲਿਸੀਜ਼ ਨਹੀਂ ਹੈ ਇਹ ਸਾਰੇ ਡਰਾਮੇਬਾਜ਼ੀ ਹੈ ਕੋਈ ਇੱਕ ਪੋਲਿਸੀ ਦਿਖਾਏ ਕਿ ਜਿਸ ਪੇ ਕੋਈ ਅਮਲ ਹੋਇਆ ਹੋ ਠੀਕ ਹੈ
और इसके अलावा आप कह रहे हैं पुराने मंसूबे हुए हैं, पुराने मंसूबे खान साहब 3 साल हो गए, 3.5 साल हो गए हैं उनको आए हुए, उन्होंने 3 सालों में वो मंसूबे क्यों नहीं बेहतर किए? कौन से मंसूबे? ये जो से आप बिजली का कह लें, गैस का कह लें, जो से पुराने मंसूबे हुए हैं तो 3 साल क्या करते रहे, बस ये करके सोते रहे इन्हें? नहीं, वो तो कहते हैं कि जो आपने गलत मंसूबे जो थे साइन किए हुए थे उनको हमने दुरुस्त करवाया, अरबों रुपये पाकिस्तान के बचाए। किधर से पैसे बचाए हैं? पैसे बचाए हैं तो लगाए ना, पैसे बचाए उनको लगा दे, सियालकोट में लगा दे, वो शाबा फाटक का पुल 5 साल हो गया बन नहीं रहा। सियालकोट के लिए तो 30 अरब रुपये कहते हैं लेके आए, वो अपने घर के लिए लेके आए, डार बरादरान जो सी जगह बेची उनके वाले साफ होते हो गए इलेक्शन के दौरान। ठीक है, बिल्कुल सही बात है, असं ब्याह भुल गए हैं, असं हम पत्तियां खाने शुरू हो गए हैं, ਇੰਨਾ ਇੰਨਾ ਕੁ ਹਾਲ ਬੁਰਾ ਹੋ ਗਿਆ, ਇਮਰਾਨ ਨੇ ਇੰਨਾ ਬੁਰਾ ਹਾਲ ਕੀਤਾ ਹੈ ਅਤੇ ਅਸੀਂ ਭੱਤੀਆਂ ਖਾਣ ਦੇ ਮਜਬੂਰ ਹੋ ਗਏ ਹਾਂ, ਖਾ ਰੋਟੀ ਨਹੀਂ ਪੱਕਦੀ ਵੀ, ਬੜੀ ਪਰੇਸ਼ਾਨ ਹਾਂ। ਉਹਨਾਂ ਦੀ ਨਸਲਾਂ ਅਸੀਂ ਸੋਚਦੇ ਨੇ ਪਰ ਤੁਸੀਂ ਫਿਰ ਵੀ ਅਸੀਂ ਬਸ ਸੋਚਦੇ, ਕੋਈ ਨਹੀਂ ਸੋਚਦਾ ਪਿਆ ਬਸ ਸੋਚਦੇ ਰਹੇ ਹਾਂ ਕਿ ਸਾਡਾ ਬੁਰਾ ਹਾਲ ਹੋਇਆ ਇਸ ਟਾਈਮ, ਬੁਰਾ ਹਾਲ ਹੋ ਹਰ ਪਾਸੇ, ਹਰ ਕਾਰੋਬਾਰ ਲਿਹਾਜ਼ ਹਰ ਚੀਜ਼ ਖਤਮ। ਉਹਦੇ ਨਾਲ ਕਾਰੋਬਾਰ ਪਹਿਲੀ ਵਾਰੀ ਵਧਿਆ, ਜ਼ਰੇ ਮੁਬਾਦਲਾ ਵੱਧ ਗਿਆ। ਇਹ ਤੁਹਾਨੂੰ 3 ਸਾਲ ਹੋ ਗਏ ਰੋਂਦੇ ਹਾਂ, ਠੀਕ ਹੈ 3 ਸਾਲ ਹੋ ਗਏ ਰੋਂਦੇ ਹਾਂ ਅਸੀਂ, ਰੋਂਦੇ ਪਿਆ ਇਮਰਾਨ ਖਾਨ ਨੇ, ਹਕੂਮਤ ਨੇ ਸਾਲਾ ਬਿਲਕੁਲ ਕੱਟ ਛੜਿਆ, ਅਗਲੇ 5 ਸਾਲ ਵੀ ਇਮਰਾਨ ਖਾਨ ਦੇ ਨੇ, ਇਹ ਇਨਸ਼ਾਅੱਲਾ ਤਾਲਾ ਨਵਾਜ਼ ਸ਼ਰੀਫ ਦੇ ਨੇ। ਬੈਨ ਅਲਕਵਾਮੀ ਸ਼ੋਹਰਤ ਯਾਫਤਾ ਸਾਦਾਤ ਘਰਾਨੇ ਕੇ ਫਰਜ਼ੰਦ ਤਮਾਮ ਆਮਲੋਂ ਕੇ ਗੁਰੂ ਉਸਤਾਦ ਅਲਹਾਜ ਸੈਯਦ ਬੜੇ ਸ਼ਾਹ ਸਾਹਿਬ, ਬੜੀ ਤਾਕਤੋਂ ਵਾਲੇ ਤਮਾਮ ਪਰੇਸ਼ਾਨੀਓਂ ਕਾ ਰੂਹਾਨੀ ਹੱਲ, ਗਾਰੰਟੀ ਔਰ ਰਾਜ਼ਦਾਰੀ ਸੇ ਮੁਰਾਦੋਂ ਸੇ ਝੋਲੀਆਂ ਭਰ ਜਾਏਂਗੀ। ਪਸੰਦ ਕੀ ਸ਼ਾਦੀ, ਮੁਹੱਬਤ ਮੇਂ ਨਾਕਾਮੀ, ਅਜ਼ਤਵਾਜੀ ਮਸਾਇਲ, ਤਸਖੀਰ ਮਖਲੂਕਾਤ ਕੇ ਖਾਹਿਸ਼ਮੰਦ, ਫੌਰੀ ਰਾਬਤਾ ਕਰੇਂ।